Scusi, ma tu. ਜਦ ਜੰਗ ਸ਼ੁਰੂ ਹੋਈ ਅਫਗਾਨ ਵਾਰ ਸਾਨੇ ਉਹ ਜਿਹੜੇ ਗਲਤ ਫੈਸਲੇ ਉਸ ਟਾਈਮ 'ਤੇ ਕੀਤੇ ਜਿਹੜੀ ਚੀਜ਼ਾਂ ਸਾਨੇ ਆਪਣੇ ਨਾਲ ਖੁਦ ਜ਼ਿਆਦਾ ਕੀਤੀਆਂ ਉਸ ਦੇ ਨਤਾਇਜ ਅਸੀਂ ਅੱਜ ਮੈਂ ਭੁਗਤਦੇ ਹਾਂ ਅਤੇ ਉਸ ਦੇ ਵਿੱਚ ਖਾਸ ਕਰਕੇ ਕੋਸ਼ਿਸ਼ ਕੀਤੀ ਜਾਂਦੀ ਹੈ ਜਦ ਜਦ ਡਿਕਟੇਟਰ ਇਸ ਮੁਲਕ 'ਤੇ ਆਉਂਦੇ ਕਿ ਸਭ ਲੋਕਾਂ ਨੂੰ ਸ਼ਾਦੋਲੇ ਦਾ ਚੂਹਾ ਇੱਕ ਅਸੀਂ ਕਹਿੰਦੇ ਹੁੰਦੇ ਹਾਂ ਜ਼ਿਆਦਾਤਾਂ ਦੇ ਉੱਤਰ ਕਿ ਉਹਨਾਂ ਦੇ ਸਿਰਾਂ 'ਤੇ ਟੋਪੀ ਬਿਠਾ ਪਾ ਕੇ ਅਤੇ ਉਹ ਤਾਂ ਕਿ ਦਿਮਾਗ ਹੀ ਉਹਨਾਂ ਦੇ ਗਰੋ ਨਹੀਂ ਕਰਦੇ ਉਸ ਦੀ ਵਜ੍ਹਾ ਦੇ ਨਾਲ ਉਹ ਸੋਚਣੇ ਸਮਝਦੇ ਜ਼ਲੀਲ ਸੀ ਮਹਿਰੂਮ ਹੋ ਜਾਂਦੇ ਉਹ ਕੰਮ ਸਾਡੇ ਨਾਲ ਕੀਤਾ ਗਿਆ ਐਜ਼ ਅ ਸੁਸਾਇਟੀ ਐਟ ਲਾਰਜ ਕਿ ਸਾਡੇ ਜਿੰਨੇ ਐਕਸਪ੍ਰੈਸ਼ਨ ਦੇ ਤਰੀਕੇ ਹੈ ਸਾਡੇ ਪਰਫੋਰਮਿੰਗ ਆਰਟਸ ਹੈ ਸਾਡੇ ਕ੍ਰੀਏਟਿਵ ਆਰਟਸ ਹੈ ਸਾਡੀ ਹੋਰ ਜਿਹੜੀ ਸਕਾਵਤ ਦੀ ਖੂਬਸੂਰਤੀਆਂ ਆਈਆਂ ਉਹ ਆਹਿਸਤਾ 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 ਕਰਕੇ ਸਾਨੂੰ ਉਹਨਾਂ ਸੀ ਮਹਿਰੂਮ ਕਰ ਦਿਆ ਗਿਆ ਅਤੇ ਉਸ ਦੀ ਵਜ੍ਹਾ ਨਾਲ ਮੈਂ ਇਹ ਸਮਝਦੀ ਹਾਂ ਕਿ ਜਿਹੜੀ ਇਹ ਐਕਟੀਵਿਟੀਜ਼ ਹਨ ਤੁਹਾਡੀਆਂ ਲਿਟਰੇਚਰ ਦੀ ਹੋ ਗਈਆਂ ਸ਼ਾਇਰੀ ਦੀ ਹੋ ਗਈਆਂ ਪੇਂਟਿੰਗ ਦੀ ਹੋ ਗਈਆਂ ਅਦਾਕਾਰੀ ਦੀ ਹੋ ਗਈਆਂ ਇਸ ਤਰ੍ਹਾਂ ਮੁਖਤਲਿਫ ਜਿਹੜੀ ਚੀਜ਼ਾਂ ਇਸ ਦੇ ਵਿੱਚ ਆਉਂਦੀਆਂ ਜਦ ਇਹਨਾਂ 'ਤੇ ਪਾਬੰਦੀਆਂ ਲਗਾ ਦਿੱਤੀ ਜਾਂਦੀਆਂ ਆਹਿਸਤਾ ਆਹਿਸਤਾ ਅਤੇ ਫਿਰ ਸੁਸਾਇਟੀ 'ਤੇ ਜਿਹੜੇ ਪ੍ਰੈਸ਼ਰ ਵਾਲਸ ਹਨ ਕਦੀ ਦੁਆਰੇ ਅਸੀਂ ਹੁਣ ਵੀ ਸ਼ਹਿਰ ਦੇ ਵਿੱਚ ਲੋਕ ਰੋਟੀ ਪਕਾਉਂਦੇ ਹਨ ਖਾਣਾ ਪਕਾਉਂਦੇ ਅਤੇ ਪ੍ਰੈਸ਼ਰ ਕੁੱਕਰ 'ਚ ਪਕਾਉਂਦੇ ਉਸ ਦੇ ਉੱਤੇ ਇੱਕ ਵੇਟ ਵੀ ਆਉਂਦਾ ਜਿਹੜਾ ਉਹ ਪ੍ਰੈਸ਼ਰ ਰਿਲੀਜ਼ ਕਰਦਾ ਰਹਿੰਦਾ ਉਹ ਹਿਲਦਾ ਰਹਿੰਦਾ ਪ੍ਰੈਸ਼ਰ ਕੁੱਕਰ ਦਾ ਵੇਟ ਅਤੇ ਉਹ ਸਟੀਮ ਨਿਕਲਦੀ ਰਹਿੰਦੀ ਹੈ ਅਤੇ ਉਹ ਸਟੀਮ ਜਦ ਤੁਸੀਂ ਬੰਦ ਕਰ ਦਿੰਦੇ ਹੋ ਤੁਹਾਨੂੰ ਦੇਖਿਆ ਕਿ ਐਟ ਟਾਈਮ ਤੁਸੀਂ ਸੁਣਦੇ ਹੋ ਉਹਦੇ 'ਚ ਕੋਈ ਪ੍ਰੋਬਲਮ ਹੋ ਜਾਂਦਾ ਤਾਂ ਉਹ ਪ੍ਰੈਸ਼ਰ ਕੁੱਕਰ ਬਰਸਟ ਕਰ ਜਾਂਦਾ ਫਟ ਜਾਂਦਾ ਸਾਡੇ ਨਾਲ ਵੀ ਇਹ ਕੰਮ ਹੋਇਆ ਕਿ ਸਾਨੂੰ ਇਤਨਾ ਦਬਾਇਆ ਗਿਆ ਇਤਨਾ ਕਿ ਉਹ ਸਾਡਾ ਸੁਸਾਇਟੀ ਜਿਹੜੀ ਇਸ ਟਾਈਮ ਬਿਲਕੁਲ ਬਰਸਟ ਕਰ ਚੁੱਕੀ ਹੈ ਬੜੀ ਖੁਸ਼ਹਾਲ ਗੱਲ ਹੈ ਦੇਖ ਨਹੀਂ ਪਈ ਹਾਂ ਤੁਸੀਂ ਸਾਰੇ ਇੱਥੇ ਇਹ ਮੁਆਸ਼ਰੇ ਦੀ ਖੂਬਸੂਰਤੀ ਹਨ ਇਹੀ ਸਾਨੂੰ ਬਰਦਾਸ਼ਤ ਸਿਖਾਉਂਦੀਆਂ ਨੇ ਇੱਕ ਦੂਏ ਗੱਲ ਦੀ ਇੱਕ ਦੂਸਰੇ ਦੀ ਗੱਲ ਸੁਣਨੇ ਦੀ ਜਿਹੜੀ ਬਰਦਾਸ਼ਤ ਹੈ ਉਹ ਸਾਡੇ 'ਚ ਪੈਦਾ ਕਰਦੀਆਂ ਇਸ ਚੀਜ਼ ਦਾ ਜਦ ਫੁਕਦਾਨ ਹੋ ਜਾਂਦਾ ਅਤੇ ਜਿਹੜੀ ਸਾਡੇ ਮੁਆਸ਼ਰੇ 'ਚ ਇਸ ਟਾਈਮ ਦਹਿਸ਼ਤਗਰਦੀ ਹੈ ਜਾਂ ਇਨਟੋਲਰੈਂਸ ਹੈ ਜਾਂ ਅਦਮ ਬਰਦਾਸ਼ਤ ਹੈ ਉਹ ਸਭ ਇਸ ਵਜ੍ਹਾ 'ਤੇ ਵੇ ਕਿ ਤੁਹਾਨੇ ਆਪਣੀ ਇਹ ਸਭ ਜਿਤਨੀਆਂ ਐਕਟੀਵਿਟੀਜ਼ ਹੈ ਉਹ ਬੰਦ ਕਰ ਦਿੱਤੀਆਂ ਆਈਆਂ ਲੇਕਿਨ ਹੁਣ ਸ਼ੁਕਰ ਅਲਹਮਦੁਲਿਲਾ ਅਸੀਂ ਫਿਰ ਦੇਖਦੇ ਹਾਂ ਕਿ ਇਹ ਚੀਜ਼ਾਂ ਆਹਿਸਤਾ ਆਹਿਸਤਾ ਸਾਡੇ ਮੁਆਸ਼ਰੇ ਦਾ ਵੱਧ ਹਿੱਸਾ ਪੇ ਬਣਦੀਆਂ ਹਨ ਅਤੇ ਇਹ ਐਕਟੀਵਿਟੀਜ਼ ਇਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀਆਂ ਹਨ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਨਸਲਾਂ ਉਹ ਮਜ਼ੀਦ ਉਸ ਤਕਲੀਫ ਸੇ ਨਾ ਗੁਜ਼ਰਨ ਜਿਸ ਅਸੀਂ ਇਸ ਟਾਈਮ ਗੁਜ਼ਰਨੇ ਹਾਂ ਜਿੰਨੀ ਤਕਲੀਫ ਸਾਨੇ ਉਠਾਈਏ ਇਸ ਸੂਬੇ ਨੇ ਉਠਾਈਏ ਇਸ ਸਾਡੇ ਸੂਬੇ ਦੇ ਲੋਕਾਂ ਨੇ ਉਠਾਈਏ ਉਹ ਇਸੀ ਵਜ੍ਹਾ ਨਾਲ ਹੋਈਏ ਕਿ ਸਾਨੇ ਆਪਣੇ ਮੁਆਸ਼ਰੇ 'ਚੋਂ ਜਿਹੜੀ ਖੂਬਸੂਰਤੀ ਹੈ ਉਹ ਖਤਮ ਕਰ ਦਿੱਤੀ ਜਦ ਕਿਸੇ ਵੀ ਮੁਹਜ਼ਬ ਮੁਆਸ਼ਰੇ ਦੇ ਵਿੱਚ ਤਰੱਕੀ ਜਦ ਉਹ ਗੇਜ ਜਿਹੜਾ ਤਰੱਕੀ ਦਾ ਹੁੰਦਾ ਉਹ ਇਹ ਨਹੀਂ ਹੁੰਦਾ ਕਿ ਤੁਹਾਨੇ ਕਿੰਨੀ ਰੋਡਾਂ ਬਣਾਈਆਂ ਤੁਹਾਨੇ ਕਿਤਨੇ ਜਿਹੜੇ ਪਲਾਜ਼ਾ ਬਣਾਏ ਤੁਹਾਨੇ ਕਿਤਨੀ ਫੈਕਟਰੀਆਂ ਬਣਾਈਆਂ ਉਹਨਾਂ ਦਾ ਜਿਹੜੀ ਮੁਹਜ਼ਬ ਮੁਆਸ਼ਰੇ ਉਹਨਾਂ ਦਾ ਤਰੱਕੀ ਨੂੰ ਮੈਜਰ ਕਰਨ ਦਾ ਜਿਹੜਾ ਗੇਜ ਉਹ ਹੈ ਕਿ ਤੁਹਾਨੇ ਆਪਣੀ ਸਕਾਫਤ 'ਚ ਕਿਤਨੀ ਤਰੱਕੀ ਕੀਤੀ ਹੈ ਤੁਹਾਨੇ ਆਪਣੇ ਆਰਟ 'ਚ ਕਿਤਨੀ ਤਰੱਕੀ ਕੀਤੀ ਹੈ ਤੁਹਾਨੇ ਆਪਣੇ ਕਲਚਰ ਨੂੰ ਕਿਤਨਾ ਪ੍ਰਿਜ਼ਰਵ ਕੀਤਾ ਹੈ ਅਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਮਿਲ ਕੇ ਇੱਕ ਮੁਹਜ਼ਬ ਮੁਆਸ਼ਰਾ ਬਣਾਉਂਦੀਆਂ ਹਨ ਇੱਕ ਬੈਲੈਂਸਡ ਮੁਆਸ਼ਰਾ ਬਣਾਉਂਦੀਆਂ ਹਨ ਅਤੇ ਇਹ ਚੀਜ਼ਾਂ ਮੈਂ ਤਾਂ ਇਹੀ ਫਿਰ ਕਹਿਸਾਂ ਕਿ ਬੜੇ ਕਾਬਲ ਤਹਿਸੀਨ ਹਨ ਇਹ ਸਭ ਲੋਕ ਜਿਨ੍ਹਾਂ ਨੇ ਇਤਨਾ ਇੱਥੇ ਇਹਤਮਾਮ ਕੀਤਾ ਹੈ ਸਾਨੂੰ ਇਕੱਠਾ ਕੀਤਾ ਹੈ ਸਾਨੂੰ ਸੋਚਣ ਦਾ ਮੌਕਾ ਦਿੱਤਾ ਹੈ ਸਾਨੂੰ ਸਮਝਣ ਦਾ ਮੌਕਾ ਦਿੱਤਾ ਹੈ ਕਿਉਂਕਿ ਜਿਹੜੇ ਲੋਕ ਸੋਚਣੇ ਅਤੇ ਸਮਝਣਾ ਬੰਦ ਕਰ ਦਿੰਦੇ ਹਨ ਜਿਹੜਾ ਸਾਡੇ ਨਾਲ ਅਨਫੋਰਚੁਨੇਟਲੀ ਕਿਤਨੇ ਇੱਕ ਸਾਲਾਂ ਸੀ ਭਿਉਂਦਾ ਕਿ ਸਾਨੇ ਸੋਚਣਾ ਅਤੇ ਸਮਝਣਾ ਬੰਦ ਕਰ ਛੋੜਿਆ ਨਾ ਅਸੀਂ ਸੋਚਦੇ ਹਾਂ ਸਾਡੀ ਇੱਕ ਹੀ ਸੋਚ ਸਾਨੂੰ ਇੱਕ ਲਾਈਨ 'ਤੇ ਲਗਾ ਛੋੜਦੇ ਹਨ ਕਿ ਇਹੀ ਸੋਚਣਾ ਤੁਹਾਨੇ ਜਦ ਤੱਕ ਕਿ ਤੁਸੀਂ ਸੋਚ ਦੇ ਵਿੱਚ ਇੱਥੇ ਇਸੀ ਸਟੇਜ 'ਤੇ ਕਿਹਾ ਗਿਆ ਕਿ ਡਾਇਵਰਸਿਟੀ ਹੋਣੀ ਚਾਹੀਦੀ ਹੈ ਜਾਂ ਡਾਇਵਰਸਿਟੀ ਨੂੰ ਖਤਮ ਕਰ ਸੋ ਅਤੇ ਫਿਰ ਵਹਿਸ਼ਤ ਜਨਮ ਲੈ ਸੀ
मैं थोड़ा ज़्यादा टाइम ना ले सा क्योंकि मेरे ख्याल मेरे बाद भी काफ़ी लोग हैं ते मैं एक उस ते कैसा कि बोल के अलावा आज़ाद हैं तेरे अब बहुत हो गया बड़ा साने बर्दाश्त कर लेता है खास करके पेशावर के लोग जड़ी ज्याती कह ले सो उसू कि साढ़े जड़ा सा कल्चर है जड़ा साड़ी तहजीब आई उस दे असी उस तरीके से शायद हिफाजत भी नहीं कर सकते उस अपने भी असी यह नहीं कह सकते हैं कि सारे कोई बाहर के लोग जिम्मेदार है उस असी आप भी जिम्मेदार हाँ लेकिन ये कि अगर गलती का एहसास टाइम पर हो जाए तो गलती इंसान मान लवे कि जी मेरे से गलती हुई है तो अल्लाह ताला भी माफ़ कर देता है मेरे ख्याल हूँ सानू चाहिए कि वी शुड जॉइन हैंड्स वी शुड कम टूगैदर तो अज ये वादा करके इतों निकली हैं कि असी अपनी जुबान असे अपनी तहजीब असे क्योंकि पेशावर की तहजीब जड़ी है पेशावर की तहजीब जड़ी है वो तो मैं तुहानू ऑनेस्टली बता सा कि मनु खुद भी नहीं पता है मैं उसे बैठी हाँ किसी जगह पर तो उन्होंने जब मनु बताया कि गंदारा जड़ी सिविलाइजेशन है वो बेसिकली पिशोर की सिविलाइजेशन है साढ़े हिंदको स्पीकिंग लोगों की सिविलाइजेशन है साने उस सानू लेकिन कभी सानू उसकी ओनरशिप नहीं दी गई साढ़े उस ओनरशिप नू और लोगों ने साढ़े नाल शेयर किया करन बेशक सब की सकाफत है लेकिन असी उसे अमीन हाँ असी उसे अमीन हाँ अमीन होने साढ़े फर्ज बनता है कि असी उसकी अगे प्रमोशन वास्ते असी अगे हिफाजत वास्ते मिलजुल के कम करिए ते जो कुछ साढ़े से हो सके मैं चाहनी हाँ कि एक फ्रेंड्स ऑफ हिंदको स्पीकिंग कोई चीज़ एक इस विच थोड़ी थोड़ी ऑलरेडी हिंदको बोर्ड है इस दे विच फ्रेंड्स ऑफ हिंदको स्पीकिंग या इस तरह की कोई चीज़ बनाई जाए जाके ज़्यादा से ज़्यादा लोग इस विच जड़े ते वो इन्वॉल्व हो जावन तो दूसरी एक चीज़ है मैं सजेस्ट करना चाहता जड़े रिस्पोंसिबल लोग हैं कि हूँ वक्त तो आया हुए इस टाइम पर थ्रू इलेक्ट्रॉनिक मीडिया ये साड़ी इतने एक्टिविटी है लेकिन ये लोगों तक ज़्यादा किस तरह पहुँच सकती है उस दे वैसे मेरी एक सजेशन है कि असी इस डॉक्यूमेंट्रीज बनाइए ताकि घर घर असी अपना पैगाम पहुँचा सकी दूसरा ये वे कि असी पाकिस्तान टेलीविजन कारपोरेशन उसकी मैंडेट एक ये चीज़ भी है कि वो ओरिजिनल लैंग्वेज प्रमोट करे उन्होंने नाल गल करनी चाहिए है कि जिस तरह पेशावर के हिंदको के ड्रामे वगैरह जिस तरह प्रोड्यूस होंगे तो जिस तरह जितनी मज़ा मेरे ख्याल पिशोरी कल्चर और किसी जुबान नहीं गई अगर तुहानू याद होवे मैनू तेर तक याद है एक प्रोग्राम होंदा है देखता जाता रहे वो पूरे पाकिस्तान उतनी मकबूलीयत है उसकी ये नहीं है कि सिर्फ हिंदको स्पीकिंग लोग उसको देख दे तो इस तरह की चीज़ा असी अगर कोशिश करिए तो वह से रिवाइव करिए फिर से शुरू करिए क्योंकि ये पैगाम जड़ा है साने हर जगह पहुँचा है सिर्फ इतने असी बैठ के ना चले जाइए लेकिन इसी और प्रमोशन असी केड़े असी और तरीके कर सकने मेरे ख्याल वो थ्रू इलेक्ट्रॉनिक मीडिया है थैंक यू वेरी मच